होशियारपुर के तलवाड़ाधीन आते ददारपुर के जंगलों में दो लोगों के कंकाल मिलने से आसपास के गांवों में दहशत का माहौल बन गया है। वहीं मौके पर पहुंची पुलिस ने कंकालों को अपने कब्जे में लेकर जांच शुरू कर दी है। जानकारी के मुताबिक कंकाल 8-10 माह पुराने प्रतीत हो रहे हैं। डीएसपी रणजीत सिंह ने जानकारी देते हुए बताया कि वह मौके पर पहुंचे हैं और कंकालों को अपने कब्जे में लेकर पोस्टमार्टम के लिए भेज दिया गया है। जांच के बाद ही पता चलेगा कि मौत का कारण क्या है और दोनों लोगों की मिसिंग रिपोर्ट की जांच की जाएगी। वहीं उच्च अधिकारियों से इस संबंध में बात की जा रही है कि अगली कार्रवाई क्या होगी। जांच की प्राथमिक मौके पर पहुंचे हैं, मौका देखा, दो कंकाल हैगे हैं ते इस स्टेज पे कुछ कोई कमेंट नहीं किया जा सकता। आफ्टर पोस्टमार्टम वी विल बी एबल टू से समथिंग। कितनी को लगता कि उम्र दे हो सकते कंकाल ਇਹਦੇ ਬਾਰੇ ਵੀ ਕੁਛ ਕਮੈਂਟਿੰਗ ਕਰ ਸਕਦੇ। ਇਹਦਾ ਪੋਸਟਮਾਰਟਮ ਕਰਨ ਵਾਲੇ ਜਿਹੜੇ ਡਾਕਟਰ ਹੈ ਉਹਨਾਂ ਤੋਂ ਇਹਨਾਂ ਦੀ ਇਹ ਦਾ ਪਤਾ ਚੱਲ ਸਕਦਾ। ਕਿੰਨੀ ਕੁ ਹੋ ਸਕਦੀ ਦੇਰ ਇਸ ਡੈਡ ਬੋਡੀਆਂ ਨੂੰ ਪਈ? ਇਸ ਗੱਲ 'ਤੇ ਵੀ ਕਮੈਂਟ ਨਹੀਂ ਕੀਤਾ ਜਾ ਸਕਦਾ ਫਾਰ ਦੀ ਟਾਈਮ। ਲੜਕੀ ਹੈ ਜਾਂ ਲੜਕਾ ਇਹ ਕਿਹਾ ਜਾ ਸਕਦਾ? ਮਤਲਬ ਵੀ ਜੋ ਸਪੋਟ ਤੋਂ ਇਸ ਤਰ੍ਹਾਂ ਲੱਗਦਾ ਇਟ ਮੇ ਬੀ ਇੱਕ ਲੜਕੀ ਅਤੇ ਇੱਕ ਲੜਕਾ ਹੋ ਸਕਦੇ ਆ। ਇਸ ਦੇ ਤਹਿਤ ਕੀ ਮਾਮਲਾ ਦਰਜ ਕੀਤਾ ਜਾ ਰਿਹਾ? ਹਾਂ ਮਤਲਬ ਵੀ ਸੀਨੀਅਰ ਅਫਸਰ ਦੇ ਧਿਆਨ ਦੇ ਵਿੱਚ ਲਿਆ ਕੇ ਵੀ ਜਿਹੜੀ ਕਿ ਬਣਦੀ ਕਾਰਵਾਈ ਕੀਤੀ ਜਾ ਰਹੀ ਹੈਗੀ ਹੈ। ਰੀਸੈਂਟ ਮਿਸਿੰਗ ਦੀ ਕੋਈ ਨਹੀਂ ਹੈ। ਅਸੀਂ ਪਿਛਲੀ ਮਿਸਿੰਗ ਰਿਪੋਰਟ ਹੈਗੀਆਂ ਜੋ ਆਲੇ ਦੁਆਲੇ ਦੇ ਇਲਾਕੇ ਦੀਆਂ ਹੈਗੀਆਂ ਉਹ ਅਸੀਂ ਉਹਦਾ ਰਿਕਾਰਡ ਮਤਲਬ ਵੀ ਚੈੱਕ ਕਰ ਰਹੇ ਹਾਂ। ਠੀਕ ਹੈ ਸਰ, ਥੈਂਕ ਯੂ ਸਰ। ਕੀ ਲੱਗਦਾ ਹੈ ਕਿ ਜਦੋਂ ਤੁਸੀਂ ਇੱਥੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਇਹ ਡੈਡ ਬੋਡੀਆਂ ਇੱਥੇ? ਅੱਜ ਸਰ ਸੁਬਹਾ ਅਸੀਂ ਗਸ਼ਤ ਕਰ ਰਹੇ ਸੀ, ਮੇਰੇ ਨਾਲ ਕਾਫੀ ਲੇਬਰ ਦੇ ਵਰਕਰ ਵੀ ਸੀ, ਕੰਮ ਵਗੈਰਾ ਸੀ, ਪਲਾਂਟੇਸ਼ਨ ਦਾ ਕੰਮ ਸਾਡੇ ਚੱਲਦੇ ਆ। ਉਹਦੇ ਦੌਰਾਨ ਅਸੀਂ ਦੇਖਿਆ ਕਿ ਮਤਲਬ ਇੱਥੇ ਸਾਨੂੰ ਕੰਕਾਲ ਦੋ ਮਿਲੇ, ਕੁਛ ਨਾਲ ਮਾਸ ਵਗੈਰਾ ਤਾਂ ਹੈ ਨਹੀਂ ਸੀ, ਉੱਦਾਂ ਹੀ ਇੱਕ ਸਕੈਲਟਨ ਟਾਈਪ। ਉਸ ਤੋਂ ਬਾਅਦ ਮੇਰੇ ਵੱਲੋਂ ਜਾ ਕੇ ਫੌਰਨ ਹੀ ਜਿਹੜਾ ਪੁਲਿਸ ਥਾਣੇ ਤਲਵਾੜੇ ਇਤਲਾਹ ਕੀਤੀ ਗਈ। ਉਸ ਤੋਂ ਬਾਅਦ ਮੌਕਾ ਪੁਲਿਸ ਵੱਲੋਂ ਮੌਕਾ ਤੁਹਾਡੇ ਸਾਹਮਣੇ ਦੇਖਿਆ ਜਾਏ। ਜਾਂਚ ਜਦੋਂ ਤੁਸੀਂ ਇੱਥੇ ਰੋਜ਼ਾਨਾ ਗਸ਼ਤ ਕਰਦੇ ਉਹਦੇ ਵਿੱਚ ਕਦੀ ਨਹੀਂ ਪਾਇਆ ਗਿਆ? ਨਹੀਂ ਨਹੀਂ, ਪਹਿਲੇ ਰੈਗੂਲਰ ਦੇਖੋ ਜੀ, ਜੰਗਲ ਬਹੁਤ ਵੱਡਾ ਹੈ, ਬਹੁਤ ਵੱਡਾ ਜੰਗਲ, ਇਸ ਕਰਕੇ ਰੈਗੂਲਰ ਇੱਕ ਜਗ੍ਹਾ 'ਤੇ ਨਹੀਂ ਆਇਆ ਜਾ ਸਕਦਾ। ਵੈਸੇ ਵੀ ਸਾਡੀ ਗਸ਼ਤ ਮੋਸਟਲੀ ਚੱਲਦੀ ਰਹਿੰਦੀ ਹੈ ਜਿਹੜੇ ਚੱਲਦੇ ਰਸਤੇ 'ਚ, ਇੱਥੇ ਤਾਂ ਜਦੋਂ ਕੰਮ ਦੀ ਲੋੜ ਹੁੰਦੀ ਉਦੋਂ ਹੀ ਪਹੁੰਚਿਆ ਜਾਂਦਾ। ਐਨਕਾਊਂਟਰ ਹਾਜੀਪੁਰ ਸੇ ਜੋਨੀ ਗੇਰਾ ਕੀ ਰਿਪੋਰਟ।